ਉਹ ਛੜਾ ਯਾਰ ਲਾਊਗਾ ਤੜਕੇ ਨੀ ਤੂੰ ਵੇਖ ਲੀਆਂ ਕੇ ਤੜਕੇ ਨੀ ਛੜਾ ਯਾਰ ਲਾਊਗਾ ਤੜਕੇ ਨੀ ਤੂੰ ਵੇਖ ਲੀਆਂ ਕੇ ਤੜਕੇ ਨੀ ਮੈਂ ਆਲੂ ਛਿੱਲੂ ਵੇ ਮੁੰਡਿਆ ਫੇ ਮੈਂ ਗੰਡੇ ਕੱਟ ਲੂ ਖੜਕੇ ਨੀ ਕੱਟੋ ਮੀਨਾਕਸ਼ੀ ਤੜਕੇ ਲਾਉਣ ਚ ਕਾਹਦੀ ਸੰਗ ਹੈ ਐਂਡ ਆਲ ਦਾ ਬੈਸਟ ਦਿਸ ਇਜ਼ ਹਰ ਡੈਬਿਊ ਔਨ ਟੀਵੀ ਸੋ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਵੱਡੇ ਵਾਲਾ ਥੈਂਕ ਯੂ ਜਿਵੇਂ ਆਰਜੇ ਮੀਨਾਕਸ਼ੀ ਕਹਿੰਦੀ ਆ My God, this, I feel so blessed. ਮੈਂ ਬਿਲਕੁਲ ਬਹੁਤ ਬਲੈਸਡ ਫੀਲ ਕਰ ਰਹੀ ਹਾਂ ਵੀ ਪਹਿਲਾਂ ਮੇਰਾ ਟੀ ਵੀ ਸ਼ੋ ਅਤੇ ਇੰਨੇ ਵੱਡੇ ਵੱਡੇ ਜਿਵੇਂ ਮੇਰੀ ਲੈਂਗੁਏਜ ਦਾ ਵੱਡੇ ਵੱਡੇ ਸਟਾਰ ਅਤੇ ਵੱਡੇ ਵੱਡੇ ਡਾਇਰੈਕਟਰ ਆਪਾਂ ਸਟਾਰਟ ਹੀ ਵੱਡੇ ਲੋਕਾਂ ਲਈ ਕਰਦੇ ਹਾਂ ਕਿਆ ਬਾਤ ਹੈ ਵੱਡੇ ਲੋਕ ਵੱਡੇ ਫਿਲਮ ਅਤੇ ਵੱਡਾ ਸ਼ੋ ਖਾਣਾ ਤਾਜ ਵਾਹ ਵੈਲਕਮ ਸੋਨਮ ਬਾਜਵਾ ਕੀ ਬਾਤ ਹੈ ਟਾਈਮਿੰਗ ਮੈਡਮ 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 ਅੱਛਾ ਹੋਰ ਕੀ ਬਾਤ ਹੈ ਇਹ ਮੈਂ ਕਿ ਖਤਰਾ ਹੋਊਗਾ ਬਿਲਕੁਲ ਇਹ ਖਤਰਾ ਭਈ ਯਾ ਚਾਹ ਰੋਮਾਂਸ ਹੋਵੇ ਚਾਹ ਹੋਵੇ ਕਾਮੇਡੀ ਸਾਰੇ ਡਾਇਰੈਕਟਰਸ ਲਈ ਇਹ ਖਤਰਾ ਵੈਲਕਮ ਪੰਕਜ ਬਤਰਾ ਟੂਡੇ ਖਾਣਾ ਅਤੇ ਗਾਣਾ ਵਿੱਚ ਬਹੁਤ ਹੀ ਹੈਲਦੀ ਫੂਡ ਜਿਹੜਾ ਕੁੱਕ ਕਰਨ ਵਾਲਿਆਂ ਉਹ ਹੈਲਦੀ ਫੂਡ ਜਿਹੜਾ ਬੜਾ ਹੀ ਬਦਨਾਮ ਹੈਗਾ ਤੁਹਾਨੂੰ ਪਤਾ ਅੱਛਾ ਕਿਹੜਾ ਬਦਨਾਮ ਫੂਡ ਹੈ ਸੁੱਚੋ ਵੈਰੀ ਈਜ਼ੀ ਟੂ ਗੈਸ ਪੀਜ਼ਾ ਪੀਜ਼ਾ ਅਤੇ ਆਪਾਂ ਅੱਜ ਪੀਜ਼ਾ ਕੁੱਕ ਕਰਾਂਗੇ ਉਹ ਵੀ ਬਹੁਤ ਹੀ ਜ਼ਿਆਦਾ ਹੈਲਦੀ ਪੜਿੱਕਲ ਤਾਂ ਮੈਂ ਭੁੱਲ ਗਈ ਹਾਂ ਭੁੱਲ ਗਈਆਂ ਕੀ I've got to be hygienic, guys. I've got to wash my hands. Okay, yeah, that's... Yeah, so before that... Haanji. ਕੁੱਕ ਕਰਨ ਤੋਂ ਪਹਿਲਾਂ ਆਪਾਂ ਨੂੰ ਹਾਈਜੀਨਿਕਲੀ ਹੈਂਡ ਵਾਸ਼ ਕਰਨਾ ਚਾਹੀਦਾ ਅਤੇ ਅੱਜ ਮੈਂ ਯੂਜ਼ ਕਰਨ ਜਾ ਰਹੀ ਹਾਂ ਜੀ ਪਿਆਮਾ ਦਾ ਹੈਪੀ ਹੈਂਡ ਵਾਸ਼ ਜਿਹੜਾ ਮੇਰੇ ਮੂਡ ਨੂੰ ਬਹੁਤ ਚੰਗਾ ਕਰਦਾ ਹੈ ਜੀ ਇਟਸ ਅਮੇਜ਼ਿੰਗ ਟ੍ਰਾਈ ਇਟ ਵਾਂਸ ਇਟਸ ਆਸਮ ਯੋਰ ਹੈਂਡਸ ਆਰ ਕਲੀਨ ਯੂ ਫੀਲ ਹੈਪੀ ਐਂਡ ਇਟਸ ਅਮੇਜ਼ਿੰਗ ਆਈ ਐਮ ਰੈਡੀ ਟੂ ਕੁੱਕ ਇਹ ਸਾਰੇ ਇਨਗਰੀਡੀਐਂਟਸ ਨੇ ਆਪਾਂ ਇਨਗਰੀਡੀਐਂਟਸ ਵੇਖ ਲਏ ਸੋ ਵੀ ਹੈਵ ਔਰਗੈਨੋ ਵੀ ਹੈਵ ਚਿਲੀ ਫਲੇਕਸ ਵੀ ਹੈਵ ਪੈਪਰ ਵੀ ਹੈਵ ਸਾਲਟ And we have tomatoes, we have mushrooms, bell peppers, capsicum, mushrooms, cheese, what is this? Marinara sauce. Kya baat hai. Oh my God. ਬਹੁਤ ਸਾਰੀ ਵੀਡੀਓਜ਼ ਵੇਖੀਆਂ ਨੇ ਸਨੈਪਚੈਟ ਤੇ ਵੀ ਤੁਸੀਂ ਕੁੱਕ ਵੀ ਕਰਦੇ ਹੋ ਤੁਹਾਨੂੰ ਚੰਗਾ ਲੱਗਦਾ ਹੈ ਤੇ ਕੀ ਕੁੱਕ ਕਰ ਲੈਂਦੇ ਹੋ ਤੁਸੀਂ ਮੈਂ ਸਭ ਕੁਝ ਬਣਾ ਲੈਂਦਾ ਸਭ ਕੁਝ ਹਾਂ ਸਬਜ਼ੀ ਬਣਾ ਦਾਲ ਬਣਾ ਲੈਣਾ ਮੈਂ ਆਪਣਾ ਤੁਸੀਂ ਵੈਜੀਟੇਰੀਅਨ ਹੋ ਨਾਨ ਵੈਜੀਟੇਰੀਅਨ ਹੋ ਮੌਕੀਟੇਰੀਅਨ ਹੋ ਸਭ ਕੁਝ ਸਭ ਕੁਝ ਹਾਂ ਜੀ ਹਾਂ ਜੀ ਨਾਨ ਵੈਜੀਟੇਰੀਅਨ ਪ੍ਰੋਮਿਨੈਂਟਲੀ ਨਾਨ ਪ੍ਰੋਪਰ ਐਂਡ ਵਾਟ ਅਬਾਊਟ ਸੋਨਮ ਆਈ ਈਟ ਐਵਰੀਥਿੰਗ ਅੱਛਾ ਯੂ ਈਟ ਐਵਰੀਥਿੰਗ ਹਾਂ ਬਟ ਆਈ ਡੋਨਟ ਕੁਕ ਇਹ ਫਾਸਟ ਫੂਡੀਅਨਸ ਨੇ ਫਾਸਟ ਫੂਡੀਅਨਸ ਨੇ ਨਹੀਂ ਮੈਂ ਫਾਸਟ ਫੂਡ ਦੀ ਹੋਮ ਫੂਡ ਵੀ ਸਭ ਕੁਝ ਖਾਣੀ ਹੈ ਬੇਸਿਕਲੀ ਮੈਂ ਆਈ ਲਵ ਫੂਡ ਬਟ ਮੈਨੂੰ ਕੁਕਿੰਗ ਨਹੀਂ ਆਉਂਦੀ ਓਕੇ ਐਂਡ ਵਾਟ ਅਬਾਊਟ ਪੰਕਜ ਇਹ ਪਬਟੇਰੀਅਨ ਨੇ ਸਾਡਾ ਜੀਵੋ ਕਨੋਲਾ ਆਇਲ ਜਿਹੜਾ 93% ਫੈਟ ਫਰੀ ਆ ਵਿਚ ਇਜ ਬੈਟਰ ਦੈਨ ਐਨੀ ਅਦਰ ਆਇਲਸ ਵਿਚ ਇਜ ਕੰਪਲੀਟਲੀ ਗੁੱਡ ਫੋਰ ਯੋਰ ਹੈਲਥ ਅਗੇਨ ਲਾਈਕ ਵੀ ਸੈਡ ਇਟਸ ਹੈਲਦੀ ਫੂਡ ਓਕੇ ਔਰਗੈਨੋ ਪਹਿਲਾਂ ਹੀ ਹਾਂਜੀ ਆਪਾਂ ਸੋਟੇ ਕਰ ਰਹੇ ਹਾਂ ਵੈਜੀਟੇਬਲਸ ਨੂੰ ਸਭ ਤੋਂ ਪਹਿਲਾਂ ਆਈ ਲਵ ਡੂਇੰਗ ਦਿਸ ਯੂ ਗਿਵ ਮੀ ਇਨਸਟ੍ਰਕਸ਼ਨਸ ਆਈ ਲਵ ਜਸਟ ਡੂਇੰਗ ਦ ਲਿਟਲ ਬਿਟ ਆਫ ਚਿਲੀ ਪੈਪਰਸ
chili flakes. स्वाद अनुसार. Okay. Chili flakes. Okay. नकुतो. And then we. Because फिर वो. Then we can put a little bit of. नकुतो yeah. Onions. येलो शिमला मिर्च Okay. All right. Then apa paamange elaji hari shimla mirch. Nale lal lal tomato. Ye bhi shimla mirch hai. This is also red bell pepper. Okay. Okay. Ae dasso mainu ha. Mushroom hone mone ne. I think the aroma is really looking good. main hun tusi ethe you know actually feel nahi kar sakde ho but I can feel the flavors. ਸਾਰਾ ਅਨੀਅਨ ਤੇ ਬੈਲ ਪੈਪਰਸ ਤੇ ਮਸ਼ਰੂਮਸ ਦਾ ਖੁਸ਼ਬੂ ਤੁਸੀਂ ਫੀਲ ਲੈ ਰਹੇ ਹੋ ਅੱਛਾ ਇਹ ਦੱਸੋ ਕਿ ਤੁਸੀਂ ਕਦੀ ਕੁੱਕ ਇਹੋ ਜਿਹਾ ਕੀਤਾ ਤੇ ਤੁਹਾਡੀ ਜਿਹੜੀ ਫਰੈਂਡ ਹੈ ਉਹਨੂੰ ਪਸੰਦ ਆਇਆ ਹੋ ਉਹਨੂੰ ਤੁਸੀਂ ਪਟਾਇਆ ਹੋਵੇ ਤੁਸੀਂ ਕੁਐਸਚਨ ਕਲੀਅਰਲੀ ਤੁਸੀਂ ਖਾਣ ਨੂੰ ਕਦੀ ਯੂਜ਼ ਕੀਤਾ ਆਪਣੀ ਫਰੈਂਡ ਨੂੰ ਨਾ ਮੈਂ ਮਦਰਸ ਡੇ ਤੇ ਹਮੇਸ਼ਾ ਬਣਾ ਕੇ ਖਵਾਉਣਾ ਮੰਮੀ ਨੂੰ ਅੱਛਾ ਹਾਂਜੀ ਓਕੇ ਕੀ ਹੁਣ ਟਮਾਟੋਜ਼ ਪਾ ਦਈਏ ਆਪਾਂ ਓਕੇ ਪਰਮੀਸ਼ ਤੁਹਾਡੇ ਨਾਲ ਤੇ ਮੈਂ ਖੁਦ ਵੇਖਿਆ ਮੈਂ ਸ਼ੋਜ਼ ਕੀਤੇ ਨੇ ਤੇ ਕੁੜੀਆਂ ਰੋਂਦੀਆਂ ਨੇ ਪਹਿਲੇ ਇਹ ਮੈਨੂੰ ਦੱਸੋ ਕੁੜੀਆਂ ਤੁਹਾਨੂੰ ਦੇਖ ਕੇ ਰੋਂਦੀਆਂ ਕਿਉਂ ਨੇ ਮੈਂ ਕਦੀ ਨਹੀਂ ਸੋਚ ਸਮਝ ਨਹੀਂ ਪਾਈ ਕਿ ਕੁੜੀਆਂ ਤੁਹਾਨੂੰ ਦੇਖ ਕੇ ਪਰਮੀਸ਼ ਐਵੇਂ ਕਿਉਂ ਕਰਦੀ ਹੈ ਮੇਰੇ ਬੈਨ ਦੀ ਨਗਲ ਨਹੀਂ ਲਾਉਣੀ ਤੁਸੀਂ ਹਾਂ ਮੈਂ ਵੇਖਿਆ ਮੈਂ ਚੁੱਪ ਹੀ ਕਰਾਇਆ ਉਹਨਾਂ ਨੂੰ ਮੈਂ ਚੁੱਪ ਹੀ ਕਰਾਇਆ ਮੈਂ ਚੁੱਪ ਹੀ ਕਰਾਇਆ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕੀ ਹੁੰਦਾ ਉਹਨਾਂ ਨੂੰ ਪਤਾ ਨਹੀਂ ਮੈਨੂੰ ਮੈਂ ਪਿਆਰ ਕਰਦੇ ਨੇ ਜੀ ਆਇਕ ਮੈਨੂੰ ਲੱਗਦਾ ਮੈਂ ਤਾਂ ਤੁਸੀਂ ਉਹਨਾਂ ਨੂੰ ਪੁੱਛਣਾ ਕਿ ਉਹ ਕਿਉਂ ਆਏ ਅੱਛਾ ਕ੍ਰੇਜ਼ੀ ਫੈਨ ਇਨਸੀਡੈਂਟ ਤੁਹਾਡੇ ਨਾਲ ਕਿਹੜਾ ਹੋਇਆ ਜਿਹੜਾ ਤੁਹਾਨੂੰ ਯਾਦ ਹੈ ਅੱਜ ਤੱਕ ਯਾਦ ਕ੍ਰੇਜ਼ੀ ਫੈਨ ਸਾਰੇ ਫੈਨ ਇਨਸੀਡੈਂਟ ਕ੍ਰੇਜ਼ੀ ਹੁੰਦੇ ਨੇ ਕੋਈ ਇੱਕ ਖਾਸ ਯਾਦ ਰਹਿ ਜਾਂਦਾ ਹੈ ਇਹਨਾਂ ਤੋਂ ਇੱਕ ਵਾਰੀ ਅਸੀਂ ਜਾ ਰਹੇ ਸੀ ਕਿਤੇ ਮੈਂ ਸੀਗਾ ਮੇਰੇ ਨਾਲ ਮੇਰੀ ਨੀਸ ਸੀਗੀ ਤੇ ਮੇਰੀ ਸਿਸਟਰ ਸੀ ਉਹ ਕਾਰ ਪਿੱਛੇ ਬੈਠੇ ਸੀ ਤੇ ਉਹ ਸਾਡੇ ਨਾਲ ਐ ਮੁੰਡੇ ਆਏ ਫੋਟੋ ਕਰਾਉਣ ਮੈਂ ਸਿਸਟਰ ਨੂੰ ਕੀਤਾ ਮੈਂ ਕਿਹਾ ਵੀਰੇ ਫੈਮਿਲੀ ਨਾਲ ਆ ਯਾਰ ਕਹਿੰਦੇ ਬਾਈ ਕੋਈ ਗੱਲ ਨਹੀਂ ਉਹ ਮੁੜ ਗਏ ਮੈਨੂੰ ਬਹੁਤ ਵਧੀਆ ਲੱਗਿਆ ਬੜੀ ਰਿਸਪੈਕਟਫੁਲ ਉਹਨਾਂ ਨੇ ਜੈਸਚਰ ਕੀਤਾ ਦੈਟਸ ਦਾ ਪਾਵਰ ਆਫ ਪਰਮੀਸ਼ ਵਾਲਾ ਸਾਲਟ ਪਾਉਣ ਦਾ ਟਾਈਮ ਆ ਸਾਲਟ ਪਾਉਣ ਲੱਗਾ ਸੀਨੀਅਰ ਸ਼ੈਫ ਇਸ ਸੇਇੰਗ ਦੈਟ ਯੈਸ ਸੀਨੀਅਰ ਸ਼ੈਫ ਪਾਲੀ ਜੀ ਸਾਲਟ ਪਾ ਲੈਣਾ ਚਾਹੀਦਾ कुछ करने की जरूरत नहीं है मैं बिल्कुल इस चीज के खिलाफ है जो cheese waste hundi hai so I don't want to waste okay our vegetables. No wasting of vegetables ye badhiya lag raha hai mainu waise main hai na you going to try हाँ हाँ बिल्कुल सोनम यू हैव डन अ फैंटास्टिक जॉब सच्चे ऑल राइट बहुत बढ़िया वेजिटेबल्स तुसी पाए हैं सोटे कीते हाँ अच्छा मैनू यह दसो ये आप ना कर रहे हैं बड़ी ਔਸਮ ਵੈਜੀਟੇਬਲਸ ਦੀ ਗੱਲ ਬਟ ਇਹ ਦੱਸੋ ਮੈਨੂੰ ਕਿ ਜਿਹੜੀਆਂ ਯੂਨੀਵਰਸਲੀ ਰਿਜੈਕਟਡ ਵੈਜੀਟੇਬਲਸ ਹੁੰਦੀਆਂ ਨੇ ਜਿਵੇਂ ਟਿੰਡਾ ਘੀਆ ਕੱਦੂ ਤੋਰੀ ਚਿੱਬੜ ਹੈ ਚਿੱਬੜ 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 ਹੈ ਤੇ ਉਸ ਬਾਰੇ ਦੱਸੋ ਕਿ
ਉਹ ਜਿੰਨੀ ਵੀ ਸਬਜ਼ੀਆਂ ਹੈਗੀਆਂ ਨੇ ਤੁਹਾਨੂੰ ਕੋਈ ਇਹੋ ਜਿਹੀ ਸਬਜ਼ੀ ਹੈ ਜਿਹੜੀ ਬੜੀ ਚੰਗੀ ਲੱਗਦੀ ਹੋ ਕੋਈ ਜਿਵੇਂ ਮੇਰੀ ਫੇਵਰਿਟ ਟਿੰਡਾ ਹੈਗੀ ਹੈ ਟਿੰਡੇ ਹਾਂ ਸਹੀ ਦੱਸੋ ਸੀਰੀਅਸਲੀ ਹਾਂ ਟਿੰਡੇ ਕੀ ਹੈ ਨਹੀਂ ਮੇਰੇ ਕੀ ਹੈ ਫੇਵਰਿਟ ਨਹੀਂ ਆ ਬਟ ਮੈਂ ਖਾ ਲੈਂਦੀ ਹਾਂ ਚੀਜ਼ ਦੇਖਿਓ ਕਿੰਨਾ ਦੱਬ ਕੇ ਪਾਇਆ ਕਿਹੜੀ ਕਿਹੜੀ ਮੈਂ ਸਾਰੀ ਵੈਜੀਟੇਬਲਸ ਖਾ ਇਹਨੇ ਕਿਹਾ ਸੀ ਚੀਜ਼ ਵੇਸਟ ਨਹੀਂ ਹੋਣਾ ਚਾਹੀਦਾ ਇੰਨਾ ਮੈਂ ਤਾਂ ਕਰਕੇ ਪਾਤਾ ਚੀਜ਼ ਹਲੋ ਜੀ ਬਿਲਕੁਲ ਵਧੀਆ ਲੱਗ ਰਿਹਾ ਯਾਰ ਆਲਰੇਡੀ ਬਹੁਤ ਚੰਗਾ ਲੱਗ ਰਿਹਾ ਜੀ ਓਕੇ ਹੁਣ ਆਪਾਂ ਇਹਨੂੰ ਪੈਨ ਤੇ ਪਾ ਦਈਏ ਯੈਸ ਬਿਲਕੁਲ ਆਪਾਂ ਕੋਸ ਥੋੜੀ ਜਿਹੀ ਕਲੋਲਾ ਕਰ ਲੈਣੇ ਆ ਹਾਂਜੀ ਪਰਮੀਜ ਆਪਾਂ ਤੋਂ ਹਿੰਟ ਦਿਆ ਥੋੜਾ ਜਿਹਾ ਹੋ ਜਾਏਗਾ ਚਲੋ ਫਿਰ ਮੈਂ ਨਾਲ ਸਾਥ ਦੋ ਤਾੜੀ ਤੇ ਤਾੜੀ ਤੇ ਤਾੜੀ ਤੇ ਮੇਰੇ ਨਾਲ ਪੰਕਜ ਬੱਤਰਾ ਸਾਹਿਬ ਬਿਲਕੁਲ ਸੋਨਮ ਬਾਜਵਾ ਜੀ ਆਰਜੇ ਮਨਾਕਸ਼ੀ ਤੁਸੀਂ ਸ਼ੁਰੂ ਕਰੋ ਆਪਾਂ ਆਊਟ ਸਿੰਗਲ ਲਿਆ 2 3 ਸਟਾਰਟ ਉਹ ਗੇਟ ਐਂਟਰੀ ਤੋਂ ਸ਼ੁਰੂ ਹੁੰਦੇ ਵੱਜਦੇ ਸਲੂਟ ਕਰੇ ਮੈਟਰ ਨਾ ਸ਼ਰਟ ਨਾਲ ਕਿਹੜੇ ਪਾਏ ਬੂਟ ਮਾਸਟਰਾਂ ਨਾਲ ਵੀਰੇ ਯਾਰੀ ਸਾਡੀ ਪੂਰੇ ਕੈਂਪਸ ਚ ਵੱਜਦਾ ਏ ਟੋਲਾ ਸਾਡਾ ਕੱਪੀ ਹੋ ਪੀਜ਼ਾ ਇੱਕ ਆ ਤੇ ਬੰਦੇ ਤਿੰਨ ਤਿੰਨ ਬਣਾਉਣੇ ਆ ਚਲੋ ਜੀ ਪੈਨ ਗਰਮ ਹੈ ਤੇ ਫਲੇਮ ਮੀਡੀਅਮ ਹੈ ਤੇ ਹੁਣ ਆਪਾਂ ਪੀਜ਼ਾ ਰੱਖ ਵੀ ਦਿੱਤਾ ਹੈ ਹੁਣ ਆਪਾਂ ਇਹਨੂੰ ਢੱਕ ਦਿੰਦੇ ਹਾਂ ਐਲੋ ਜੀ ਤੇ ਮੀਡੀਅਮ ਫਲੇਮ ਤੇ ਹੈਗੇ ਆਪਾਂ ਸਿਮ ਤੇ ਇਹਨੂੰ 5 ਮਿੰਟ ਰੱਖ ਦੇਣਾ ਹੈ ਤੇ ਸਾਡੇ ਸੀਨੀਅਰ ਸ਼ੈਫ ਦੱਸਣਗੇ ਕਿ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਪੀਜ਼ਾ ਦੇਖੋ ਆਪਾਂ ਇਹ ਬੜਾ ਤਾਂ ਬਹੁਤ ਵਧੀਆ ਲੱਗੋ ਜੀ ਹਾਂ ਪਤਾ ਲੱਗ ਰਿਹਾ ਤੌਰ ਨਾਲ ਪੀਜ਼ਾ ਤਿਆਰ ਹੋ ਗਿਆ ਬਿਲਕੁਲ ਜੀ ਕੀ ਬਾਤ ਹੈ ਬਹੁਤ ਵਧੀਆ ਬਸ ਗੁੱਡ ਯੈਸ ਤੇ ਥੋੜਾ ਜਿਹਾ ਆਪਾਂ ਇੱਥੇ ਓਰੀਗਾਨੋ ਪਾਵਾਂਗੇ ਜੀ ਥੋੜਾ ਜਿਹਾ ਬਿਕੋਜ਼ ਆਲਰੇਡੀ ਆਪਾਂ ਸਾਲਟ ਪਾਇਆ ਤੇ ਇਹਦੇ ਚ ਵੀ ਸਾਲਟ ਹੈਗਾ ਤੇ ਥੋੜੇ ਜਿਹੇ ਚਿਲੀ ਫਲੇਕਸ ਸਵਾਦ ਅਨੁਸਾਰ ਐਂਡ ਆਈ ਥਿੰਕ ਆਰ ਪੀਜ਼ਾ ਇਜ਼ ਰੈਡੀ ਯੈਸ Here we go. Looks yummy. It looks yummy. All right, jite, let the chili flakes and oregano simmer. And aapa galla baat hai itthe kar rahe ha. Acha, kadi eh ho jaya tusi bahar travel karde ho, because sare hi bahar travel karde rehnde ho, but ਘਰ ਦੀ ਬਹੁਤ ਯਾਦ ਆਉਂਦੀ ਹੁੰਦੀ ਹੈ ਮਤਲਬ ਮੰਮੀ ਦੇ ਹੱਥ ਦੇ ਬਣਾਈ ਹੋਈ ਕੋਈ ਸਪੈਸ਼ਲ ਚੀਜ਼ ਜਿਹੜੀ ਤੁਸੀਂ ਬਹੁਤ ਮਿਸ ਕਰਦੇ ਹੋ ਪਰਮੀਸ਼ ਤੁਹਾਡੇ ਨਾਲ ਸ਼ੁਰੂ ਕਰੀਏ ਤਾਂ ਨਹੀਂ ਮੈਂ ਹੁਣ ਤਾਂ ਇੱਥੇ ਹੀ ਰਹਿਣਾ ਕਰਦੇ ਹਾਂ ਮਿਲਦੇ ਹੀ ਰਹਿਣਾ ਸੋ ਇੰਨਾ ਜ਼ਿਆਦਾ ਤਾਂ ਨਹੀਂ ਮਿਸ ਕਰਦਾ ਜਦ ਟਰੈਵਲ ਕਰਦੇ ਹੋ ਤੇ ਕੀ ਮਿਸ ਹਾਂ ਕਦੇ ਸਰਦੀਆਂ ਜਿਵੇਂ ਗਜਰੇਲਾ ਬਹੁਤ ਮਿਸ ਕਰਦਾ ਗਜਰੇਲਾ ਮੈਨੂੰ ਵਧੀਆ ਲੱਗਦਾ ਅੱਛਾ ਤੁਹਾਡਾ ਫੇਵਰਿਟ ਹੈ ਹਾਂਜੀ ਹਾਂਜੀ ਵਾਟ ਅਬਾਊਟ ਯੂ ਸੋਨਮ ਕਿਹੜਾ ਮਿਸ ਕਰਦਾ ਆਈ ਮਿਸ ਚਾਹ ਐਕਚੁਅਲੀ ਕਿਉਂਕਿ ਬਾਹਰ ਜਦੋਂ ਇਨਫੈਕਟ ਆਪਾਂ ਸਕਾਟਲੈਂਡ ਵੀ ਸ਼ੂਟ ਕੀਤੀ ਨਾ ਸੋ ਫੂਡ ਇਜ਼ ਗੁੱਡ ਮਤਲਬ ਬਾਹਰ ਇੰਡੀਅਨ ਰੈਸਟੋਰੈਂਟਸ ਵੀ ਹੈਗੇ ਆ ਗੁੱਡ ਬਟ ਜੋ ਆਪਾਂ ਜਿੱਦਾਂ ਘਰ 'ਚ ਚਾਹ ਪੀਂਦੇ ਆ ਨਾ ਉਹ ਇਟਸ ਨਾਟ ਪੋਸੀਬਲ ਓਵਰ ਦੇਅਰ ਤੇ ਚਾਹ ਦੀ ਚਾਹ ਤੁਹਾਨੂੰ ਵੀ ਚਾਹ ਦੀ ਚਾਹ ਆਈ ਯੂ ਸੋ ਮਿਸ ਟੀ ਚਾਹ ਨਹੀਂ ਉਦਾਂ ਦੀ ਮਿਲਦੀ ਬਾਹਰ ਕਾਫੀਆਂ ਬੜੀਆਂ ਵਧੀਆ ਮਿਲ ਜਾਂਦੀਆਂ ਪਰ ਉੱਥੇ ਘਰ ਦੀ ਚਾਹ ਡਿਪ ਵਾਲੀ ਟੀ ਬੈਗਸ ਉਹ ਸਭ ਮਿਲਦੇ ਆ ਸੋ ਦੈਟਸ ਅੱਛਾ ਦੇਖੇ ਕਿਹੜੀ ਸਬਜ਼ੀ ਹੈ ਜਿਹੜੀ ਘਰੇ ਬਣ ਜਾ ਤੁਸੀਂ ਕਹਤੇ ਹੋ ਓਹ ਅੱਜ ਫਿਰ ਇਹੀ ਬਣਾ ਛੱਡਿਆ ਅੱਜ ਫਿਰ ਇਹੀ ਘਰੇ ਬਣ ਕੇ ਫਿਰ ਇਹੀ ਹੁਣ ਤਾਂ ਚਲ ਦਿਨ ਵਧੀਆ ਆ ਗਏ ਹੁਣ ਤਾਂ ਮਰਜ਼ੀ ਨਾਲ ਖਾ ਲਈਦੀ ਆ ਪਰ ਫਿਰ ਵੀ ਕਿਹੜੀ ਕਿਹੜੀ ਇੱਕ ਸਬਜ਼ੀ ਹੈ ਕਿਹੜੀ ਇੱਕ ਦਾਲ ਹੈ ਜਿਹੜੀ ਤੁਸੀਂ ਕਹਿੰਦੇ ਹੋ ਆਏ ਹਏ ਫਿਰ ਹੀ ਬਣਾ ਛੱਡੀ ਆਈ ਮੂੰਗੀ ਮਸਰ ਕੋਈ ਮੈਂ ਖਾ ਕੋ ਲੈਣਾ ਮੈਂ ਤਾਂ ਦਾਲ ਵੀ ਵਧੀਆ ਲੱਗਦੀ ਹੈ ਸਾਰਾ ਕੁਝ ਹਾਂ ਐਡਾ ਕੰਪਲੀਟ ਕੋਈ ਵੀ ਨਹੀਂ ਹੈ ਜਿਹੜੀ ਤੁਹਾਨੂੰ ਪਸੰਦ ਨਹੀਂ ਆਈ ਨਾ ਸੱਚੀ ਕੋਈ ਆਏ ਆ ਕਿ ਕੋਈ ਕੋਈ ਸਬਜ਼ੀ ਕਿਸੇ ਨਾਲੋਂ ਜ਼ਿਆਦਾ ਵਧੀਆ ਲੱਗਦੀ ਆ ਪਰ ਨਾ ਖਾਣ ਵਾਲੀ ਤਾਂ ਕੋਈ ਵੀ ਨਹੀਂ ਲੱਗਦੀ ਅੱਛਾ ਐਂਡ ਪੰਕਜ ਤੁਹਾਨੂੰ ਜਿਹੜੀ ਸਬਜ਼ੀ ਤੁਹਾਨੂੰ ਬਿਲਕੁਲ ਨਹੀਂ ਚਾਹੀਦੀ ਮਤਲਬ ਰੋਟੀ ਦੇ ਖਾਣਾ ਬਹੁਤ ਪਸੰਦ ਹੈ ਸੋ ਪੰਜਾਬੀ ਖਾਣਾ ਬਹੁਤ ਪਸੰਦ ਆ ਸੋ ਓਹੀ ਬਣਦਾ ਕਦੀ ਇਹੋ ਜਿਹਾ ਮੌਕਾ ਆਇਆ ਕਿ ਤੁਸੀਂ ਗਏ ਹੋ ਖਾਣਾ ਖੁਦਾ ਖਾਧਾ ਬਾਹਰ ਗਏ ਹੋ ਸੋਚਿਆ ਨੀ ਵੀ ਬਿੱਲ ਇੰਨਾ ਕੁ ਜ਼ਿਆਦਾ ਹੋ ਜਾਏਗਾ ਵੀ ਕਿਡਨੀ ਕੁਡਨੀ ਵੇਚਣੀ ਪੈ ਜੂਗੀ ਇੰਨਾ ਜ਼ਿਆਦਾ ਬਿੱਲ ਹੋ ਜਾਵੇ ਇਹੋ ਜਿਹਾ ਮੌਕਾ ਕਦੀ ਲੱਗਿਆ ਨਾ ਮੇਰੇ ਨਾਲ ਦੇ ਤਾਂ ਆਫਰ ਵੀ ਨਹੀਂ ਕਰਦੇ ਹੈਗੇ ਉਹ ਪਹਿਲਾਂ ਹੀ ਪਤਾ ਹੁੰਦਾ ਕਿ ਪੈਸੇ ਮੈਂ ਹੀ ਦੇਣੇ ਨੇ ਰੱਜ ਕੇ ਖਾ ਲਓ ਬਲੈਂਸੀ ਐਗੋ ਦੀ ਜੈ ਤੁਸੀਂ ਪਾਈਆਂ ਹੋਈਆਂ ਨੇ ਸਾਨੂੰ ਕਿਤੇ ਫਿਰ ਕਿਰਪਾ ਜੀ ਰੱਬ ਦੀ ਠੀਕ ਹੈ ਜੀ ਬਿਲਕੁਲ ਐਂਡ ਸੋਨਮ ਨਹੀਂ ਆਈ ਡੋਂਟ ਰਿਮੈਂਬਰ ਕਿ ਕਦੇ ਕੁਛ ਇੱਦਾਂ ਦਾ ਹੋਇਆ ਬਟ ਆਈ ਰਿਮੈਂਬਰ ਆਈ ਡੋਂਟ ਵਾਂਟ ਟੂ ਨੇਮ ਮਾਈ ਫਰੈਂਡ ਬਟ ਅੱਜ ਤੋਂ ਕੁਛ ਸਾਲ ਪਹਿਲਾਂ ਮੇਰੇ ਉਹ ਇੱਕ ਦੋ ਫਰੈਂਡਸ ਨੂੰ ਬਹੁਤ ਜ਼ਿਆਦਾ ਸ਼ੌਕ ਸੀਗਾ ਕਿ ਯਾਰ ਆਪਾਂ ਬਰਥਡੇ 'ਤੇ ਨਾ ਪਾਰਟੀ ਕਰਨੀ ਆ ਪਾਰਟੀ ਕਰਨੀ ਆ ਐਂਡ ਦੇ ਬੁੱਕਡ ਅ ਪਲੇਸ ਪਤਾ ਨੀ ਹੁਣ ਇੰਨਾ ਇਨਕੁਆਇਰ ਨਹੀਂ ਕੀਤਾ ਸ਼ਾਇਦ ਉਹਨਾਂ ਨੇ 10-15 ਲੋਕਾਂ ਨੂੰ ਬੁਲਾ ਲਿਆ
ਐਂਡ ਜਿੰਨਾ ਉਹਨਾਂ ਨੇ ਐਕਸਪੈਕਟ ਕੀਤਾ ਸੀ ਬਿੱਲ ਉਸ ਤੋਂ ਮੇ ਬੀ 10 ਟਾਈਮਸ ਜ਼ਿਆਦਾ ਸੀਗਾ ਐਂਡ ਸ਼ੀ ਵਾਸ ਲਿਟਰਲੀ ਕ੍ਰਾਈਂਗ ਦ ਨੈਕਸਟ ਡੇ ਸ਼ੀ ਸੈਡ ਯੂ ਨੋ ਆਈ ਡਿਡ ਨੋ ਇਨ ਦਾ ਮੈਂ ਡਿਡ ਯੂ ਪੇ ਤੁਸੀਂ ਪੇ ਕੀਤਾ ਫਿਰ ਨੋ ਅਸੀਂ ਉਹਨਾਂ ਨੇ ਸਾਨੂੰ ਨਹੀਂ ਕਿਹਾ ਪੇ ਕਰਨ ਲਈ ਬਿਕਾਜ਼ ਦ ਡਿਨਰ ਤੋਂ ਉਹਨਾਂ ਦੇ ਵੱਲੋਂ ਸੀਗਾ ਬਟ ਸ਼ੀ ਟੋਲਡ ਮੀ ਸੋ ਨੈਕਸਟ ਹਾਊ ਆਈ ਗਾਟ ਟੂ ਨੋ ਨੈਕਸਟ ਬਰਥਡੇ ਆਈ ਆਸਕਡ ਹਰ ਆਈ ਸੈਡ ਤੁਸੀਂ ਆਪਾਂ ਉੱਥੇ ਚੱਲੀਏ ਕਲਾਸ ਸ਼ੀ ਇਜ਼ ਲਾਈਕ ਨੋ ਨੈਵਰ ਮੈਂ ਉੱਥੇ ਨਹੀਂ ਜਾਣਾ ਮੈਂ ਕਿਤੇ ਵੀ ਲੈ ਜਾ ਆਈ ਸੈਡ ਵਾਈ ਕੀ ਹੋਇਆ ਕਹਿੰਦੀ ਯਾਰ ਆਈ ਥੌਟ ਕਿ ਬਿੱਲ ਇੰਨਾ ਹੋਗਾ ਬਿੱਲ ਤਾਂ ਉਹਨਾਂ ਨੇ ਇੰਨਾ ਜ਼ਿਆਦਾ ਦਿੱਤਾ ਐਂਡ ਸ਼ੀ ਸੈਡ ਆਈ ਲਿਟਰਲੀ ਕ੍ਰਾਈਡ ਦ ਨੈਕਸਟ ਡੇ ਸੋ ਦੈਟਸ ਹਾਊ ਆਈ ਨੋ ਕਿ ਪਲਾਨ ਥੋੜਾ ਜਿਹਾ ਅਪਸਾਈਡ ਡਾਊਨ ਹੋ ਗਿਆ ਸੀ ਪੰਕਜ ਕਦੀ ਹੋਇਆ ਕਿਤੇ ਨੋ ਨੈਵਰ ਹਿਸਾਬ ਨਾਲ ਚੱਲਦੇ ਆ ਆਪਾਂ ਹਿਸਾਬ ਨਾਲ ਚੱਲਦੇ ਸਾਡਾ ਹੈਲਦੀ ਪੀਜ਼ਾ ਕੁੱਕ ਕਰ ਲਿੱਤਾ ਤਿਆਰ ਹੈ ਬਿਲਕੁਲ ਜੀ ਤੇ ਆਪਾਂ ਤਿਆਰ ਹੈ ਟੇਸਟ ਕਰਨ ਲਈ ਅਵੀ ਰੈਡੀ ਚਲੋ ਜੀ ਤੇ ਰੈਡੀ ਲੱਗ ਰਿਹਾ ਬਿਲਕੁਲ ਇਟਸ ਲੁਕਿੰਗ ਯਮੀ ਐਬਸੋਲੂਟਲੀ ਯਮੀ ਐਂਡ ਵੀ ਆਰ ਰੈਡੀ ਫੋਰ ਟੇਸਟਿੰਗ ਇਟ ਤਿਆਰ ਹੋ ਜਾਓ ਜੀ ਇਸ ਤੋਂ ਵਧੀਆ ਪੀਜ਼ਾ ਤੁਸੀਂ ਨਹੀਂ ਖਾਇਆ ਹੋਣਾ ਪੱਕੀ ਵਾਲੀ ਗੱਲ ਹੈ ਬਿਕੋਜ਼ ਸਾਰਿਆਂ ਨੇ ਮਿਲ ਕੇ ਬਣਾਇਆ ਸਹੀ ਗੱਲ ਹੈ Parmeesh will do the honors. Yes. But you know, ਮੈਨੂੰ ਲੱਗਦਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਹੈ ਓਕੇ ਕਿਸੇ ਨੂੰ ਆਪਾਂ ਬੁਲਾਉਣਾ ਚਾਹੀਦਾ ਸਾਨੂੰ ਜਿੰਦੇ ਮੇਰੇ ਦੀ ਪੂਰੀ ਟੀਮ ਇੱਥੇ ਹੈਗੀ ਹੈ ਤੇ ਪ੍ਰੋਡਿਊਸਰ ਸਾਹਿਬ ਤੇ ਜ਼ਰੂਰ ਹੋਣੇ ਚਾਹੀਦੇ ਨੇ ਬਿਲਕੁਲ ਤੇ ਬੁਲਾ ਲਈਏ ਯੈਸ ਪ੍ਰੈਜ਼ੈਂਟਿੰਗ ਦ ਪ੍ਰੋਡਿਊਸਰ ਦ ਡਿਸਟ੍ਰੀਬਿਊਟਰ ਮਨੀਸ਼ ਸਾਨੀ ਆਓ ਭਾਜੀ ਪੀਣਾ ਰੈਡੀ ਹੈ ਤੁਹਾਡੇ ਲਈ ਹਾਈ ਜੀ ਵੱਡੇ ਵਾਲਾ ਲੋ ਮਨੀਸ਼ ਜੀ ਇੱਥੇ ਜੀ ਸੋ ਵੀ ਆਰ ਰੈਡੀ ਫਾਰ ਟੇਸਟਿੰਗ ਮਨੀਸ਼ ਜੀ ਤੁਸੀਂ ਸ਼ੁਰੂ ਕਰੋ ਨਹੀਂ ਤੁਸੀਂ ਸ਼ੁਰੂ ਕਰੋ ਭਾਈ ਤੁਹਾਡੇ ਲਈ ਤਾਂ ਬਣਾਇਆ ਆਪਾਂ ਰਿਸਕ ਨਹੀਂ ਲੈ ਸਕਦੇ ਚਲੋ ਜੀ ਮੈਂ ਸਟਾਰਟ ਕਰਦਾ ਨਹੀਂ ਤੁਸੀਂ ਕਿਹਦੇ ਲਓ ਪਰ ਵੀ ਸੱਚੀ ਦੱਸੋ ਲੈ ਮੈਂ ਹੋ ਓਕੇ ਪਲੀਜ਼ ਇਹ ਪੂਰਾ 100 ਕੁ ਤੁਸੀਂ ਵੀ ਟੇਸਟ ਕਰਨਾ ਹੋਵੇ ਕਿ ਕਿਆ ਬਟ ਇਟਸ ਨਾਟ ਬੈਡ ਇਟਸ ਰੀਲੀ ਗੁੱਡ ਲੈਟਸ ਕਲੈਪ ਫਾਰ ਆਸਮ ਗਾਇਸ ਬਹੁਤ ਹੀ ਚੰਗਾ ਜਵਾਬ ਆਂਦਾ ਹੋਵੇ ਤੁਸੀਂ ਫਟਾਫਟ ਨਾਲ ਤੁਸੀਂ ਬਜਾਣਾ ਹੈ ਤੇ ਤੁਸੀਂ ਜਵਾਬ ਦੇ ਦੇਣਾ ਠੀਕ ਹੈ ਜੀ ਜਿਹਨੂੰ ਵੀ ਆਂਦਾ ਹੋਵੇ ਠੀਕ ਹੈ ਚੱਕ ਲਿਆ ਜੀ ਬਿਲਕੁਲ ਸਾਰਿਆਂ ਨੇ ਚੱਕ ਲਿਆ ਰੈਡੀ ਟੂ ਗੋ ਆਲਰੇਡੀ ਐਸਾ ਤੁਸੀਂ ਚੈੱਕ ਨਹੀਂ ਕਰਨਾ ਇਹ ਕੁਐਸਚਨ ਪੇਪਰ ਲੀਕ ਹੋ ਰਿਹਾ ਪਹਿਲੇ ਤੋਂ ਆਲਰਾਈਟ ਅੱਛਾ ਤੁਸੀਂ ਦੱਸਣਾ ਹੈ ਕੋਈ ਇਹੋ ਜਿਹਾ ਗਾਣਾ ਜਿਸ ਵਿੱਚ ਭਾਂਡੇ ਆਉਂਦੇ ਨੇ ਓਕੇ ਪਰਮੀਸ਼ ਭਾਂਡੇ ਪੁੰਡੇ ਮਾਜ ਕੇ ਪੜਾਈਆਂ ਸਭ ਕੀਤੀਆਂ ਮੋਢੇ ਤੇ ਕਪਾਰਟਮੈਂਟ ਵਾਲੀਆਂ ਨੇ ਮੇਰੇ ਗਾਣੇ ਜੀ ਆ ਗਿਆ ਸੁਪਰ ਲੋ ਤੁਸੀਂ ਦੇਣਾ ਇਹ ਦੇਖਿਓ ਨਾ ਓ ਗੋਡ ਅੱਛਾ ਕਿਹੜੀ ਕੋਈ ਇਹੋ ਜੀ ਮੂਵੀ ਤੁਸੀਂ ਦੱਸੋ ਜਿਹਦੇ ਚ ਫੂਡ ਰਿਲੇਟਡ ਨਾਮ ਵਾਲੀ ਮੂਵੀ ਹੋਵੇ ਕੋਈ ਵੀ ਮੂਵੀ ਜਿਹਦਾ ਨਾਮ ਫੂਡ ਲੱਡੂ ਬਰਫੀ ਆ ਸਾਰੇ ਪਰਮੀਸ਼ ਫੂਡ ਹੀ ਆ ਲੱਡੂ ਬਰਫੀ ਹੈਗੀ ਮੂਵੀ ਵਿਚ ਡਾਈਨਸ ਦਾ ਇਟਸ ਅ ਹਿੰਦੀ ਮੂਵੀ ਇਟ ਇਜ਼ ਨਹੀਂ ਹਿੰਦੀ ਫਿਲਮ ਤਾਂ ਨਹੀਂ ਨਹੀਂ ਬਰਫੀ ਹੈ ਯਾਰ ਮੂਵੀ ਬਰਫੀ ਯਾ ਦੈਟਸ ਅ ਰੌਂਗ ਬਰਫੀ 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 ਨਹੀਂ ਉਹਨੇ ਪੁਆਇੰਟ ਸੋਨਮ ਦਾ ਹੋਇਆ ਕਿ ਪੰਗਜ ਭਾਈ ਦਾ ਮੇਰਾ ਹੋਇਆ ਬਰਫੀ ਇਹਨਾਂ ਦਾ ਚਲੋ ਇਹਨਾਂ ਨੂੰ ਦਿੱਤਾ ਓਕੇ 1-1-1 ਆਲ ਓਕੇ ਕਿਹੜੀ ਵੈਜੀਟੇਬਲ ਹੈਗੀ ਜਿਹੜੀ ਸਭ ਤੋਂ ਜ਼ਿਆਦਾ ਰਿਚ ਹੈਗੀ ਰਿਚ ਇਨ ਵਾਟ ਸੈਂਸ ਰਿਚ ਇਨ ਐਨੀ ਸੈਂਸ ਰਿਚ ਸਬਜ਼ੀ ਜਿਹੜੀ ਰਿਚ ਹੈ ਗਾਜਰ ਬਲੱਡ ਨੂੰ ਕਰੇਲਾ ਜਿਹਦੇ ਨਾਂ ਚ ਰਿਚ ਆਉਂਦਾ ਜਿਹਦੇ ਨਾਂ ਚ ਰਿਚ ਆਉਂਦਾ ਧਨੀਆ ਓਏ ਅੱਛਾ ਧਨੀਆ ਧਾਮ ਤੋਂ ਓਕੇ ਓਕੇ ਧਨੀਆ ਅੱਛਾ ਕਿਹੜਾ ਫਰੂਟ ਹੈ ਜਿਹੜਾ ਲੇਡੀਜ਼ ਨੂੰ ਸਪੋਰਟ ਕਰਦਾ ਲੇਡੀ ਫਿੰਗਰ ਫਰੂਟ ਬਾਹਰੋਂ ਸਖਤ ਅੰਦਰੋਂ ਨਰਮ ਕੋਕੋਨਟ ਨਾਰੀਅਲ 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 ਅੱਛਾ ਕੋਈ ਐਸਾ ਫਰੂਟ ਜਿਸ ਵਿੱਚ ਮਦਰ ਇਨਕਲੂਡ ਹੋ ਮਦਰ ਮੈਂਗੋ ਨਹੀਂ ਮਦਰ ਸਰ ਮਦਰ ਕਿ ਮੈਂਗੋ ਫਿਰ ਪੁੱਛ ਲਓ ਮੌਸਮੀ ਹੈ ਮੌਸਮੀ ਇਜ਼ ਦ ਰਾਈਟ ਜਵਾਬ ਇਹ ਤਾਂ ਪ੍ਰੌਂਪਟ ਹੋਇਆ ਯਾਰ ਬਾਹਰ ਪ੍ਰੌਂਪਟ ਹੋਇਆ ਯਾਰ 2-1-1 ਨਹੀਂ 3 ਹਾਂ 2-1-1 ਓਕੇ ਅੱਛਾ ਜੀ ਆਪਾਂ ਹੁਣ ਦੇਖੋ ਕਿੰਨੇ ਐਕਸਾਈਟਡ ਹੋ ਗਏ ਸਾਡੇ ਕੋਲ ਸਵਾਲ ਤੇ ਜਿਹੜੇ ਹੈਗੇ ਨੇ ਉਹ ਫਿਨਿਸ਼ ਹੋ ਗਏ ਨੇ ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਅੱਛਾ ਜੇਕਰ ਤੁਸੀਂ ਪਰਮੀਸ਼ ਨੂੰ ਕਿਸੇ ਸਬਜ਼ੀ ਨਾਲ ਕੰਪੇਅਰ ਕਰਨਾ ਹੋਵੇ ਤਾਂ ਕਿਹੜੀ ਸਬਜ਼ੀ ਕਮ ਔਨ ਅੱਛਾ ਫਰੂਟ ਜਾਂ ਸਬਜ਼ੀ ਚਲੋ ਨਹੀਂ ਨਹੀਂ ਇਹ ਤਾਂ ਮੇਰਾ ਮੈਂਗੋ ਹੈ ਮੈਂਗੋ ਮੈਂਗੋ ਇਹ ਸੀਜ਼ਨ ਦੇ ਹਿਸਾਬ ਨਾਲ ਮੂਡ ਦੇ ਹਿਸਾਬ ਨਾਲ ਵਾਟ ਅਬਾਊਟ ਸੋਨਮ
यार स्ट्रॉबेरी है मेरी एब्सोल्युटली माय गॉड बहुत ज्यादा मजा आया मेनू खाना ते गाना द फर्स्ट एपिसोड सीगा आई एम ट्रूली ब्लेस्ड टू हैव दी most happening star cast and the best director thank you. You so much and jinde ji also thank you ji of course manish ji thank you so much officially thank you te jinde meriye jind jaan to pyari saadi team and sada vadda parivar sade naal te aapa tonu khali nahi tona bahut hi pyare jehe tade layi kuch aapa leke aaya kya baat hai yes and from the entire team of khana se gana Thank you so much. Thank you.